सत श्री अकाल जी, तुसी देख रहे हो विरासत टीवी। मैं हाँ गुरसेख फतेह। प्रोग्राम दृष्टिकोण दे विच तुहाडा सब दा निघा स्वागत। दृष्टिकोण दे विच अक्सर आपां चर्चा करदे हां जी उन्हां मुद्दे मसलियां जां खबरां दे उपर जिहड़ियां धार्मिक सियासी जां समाजिक पक्ष तों अहमियत रखदियां ने। अज दा जिहड़ा साडा मसला है जी उह इह है कि डिजिटल इंडिया दा रौला पाउण वाला भारत पिछले समें दे विच किन्नी वार जिहड़ियां इंटरनेट सेवावां बंद कर चुक्या है जी। मोदी सरकार जिहड़ी हर वक्त डिजिटल इंडिया की दहाई दिंदी है, डिजिटल इंडिया दीआं स्कीमां दी गल करदी है, उन्हें किन्नी वार जिहड़ा है इंटरनेट का जिहड़ा सारा सिस्टम आ उन्हूं ठप्प रख्या। इस उपर जानकारी जुटा के लेके आए ने जसविंदर याद जी। आओ फिर सब तो पहला उन्हां नूं जी आया आखदे हां ते प्रोग्राम की आगाज करदे हां। जसविंदर जी, जी आया जी, शुक्रिया। जसविंदर जी, जेकर गल करिए एक्सएक्स नाओ नाम का डिजिटल राइट ग्रुप है जिहड़ा इंटरनेट सेवावां बारे की जानकारी दिंदा है। देखो, इंटरनेट सेवावां बारे गल करन तो पहला एक गल अहम है जी। एक असीं इह वी प्रोग्राम कीता है कि धरनियां दे की हालात ने जी। एक पासे असीं कहिंदे आं कि सरकार दा जिहड़ा कारोबार है उह फिजिकली किवें ठप्प कीता जांदा है, जिहनूं असीं चक्का जाम वी कह दिंदे आं कि पिछले 5 महीनियां दे विच हर दिन एवरेज 2 सड़कां पंजाब दीआं जिहड़ीआं ओह ब्लॉक हुंदीआं ने धरनिआं दे करके जी। इह पंजाब पद्धर दी गल है, पर जदों असीं भारत पद्धर दी गल करदे हां तां असीं किसानी अंदोलन वेखे ही है कि दिल्ली जाम रही है। असीं होर अंदोलन वी वेखदे रहिंदे हां जिस तरीके दे नाल स्टेटां दे विच लगदे ने, ਉਹ ਭਾਰਤ ਦੇ ਐਂ ਕਹਿ ਲਓ ਕਿ ਪੂਰੀ ਇਕਾਨਮੀ ਨੂੰ ਡਿਸਟਰਬ ਤਾਂ ਕਰਦੇ ਨੇ ਜੀ। ਪਿਛਲੇ ਦਿਨੀ ਜਦੋਂ ਈਡੀ ਦੀ ਛਾਪੇਮਾਰੀ ਕਰਾਈ ਗਈ ਸੀਗੀ, ਜਾਂ ਕਹਿ ਲਈਏ ਕਿ ਈਡੀ ਨੇ ਪੁੱਛ ਗਿੱਛ ਲਈ ਗਾਂਧੀ ਪਰਿਵਾਰ ਨੂੰ ਵੀ ਸੱਦਿਆ ਸੀ, ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਹੋਇਆ ਸੀ, ਜਲੰਧਰ ਦੇ ਵਿੱਚ ਹੈੱਡਕੁਆਰਟਰ ਹੈ ਈਡੀ ਦਾ, ਉੱਥੇ ਕਿਸ ਤਰੀਕੇ ਦੇ ਨਾਲ ਪੂਰੇ ਦਾ ਪੂਰਾ ਜਾਮ ਕਰ ਦਿੱਤਾ ਸੀ ਪੰਜਾਬ ਕਾਂਗਰਸ ਨੇ ਇਕੱਠੀ ਹੋ ਕੇ ਜੀ। ਇਹ ਨਿੱਤ ਦਾ ਵਰਤਾਰਾ ਹੋ ਗਿਆ। ਇਹਦੇ ਉੱਤੇ ਸਰਕਾਰਾਂ ਨੂੰ ਸੰਜੀਦਗੀ ਨਾਲ ਫੈਸਲੇ ਲੈਣ ਦੀ ਜ਼ਰੂਰਤ ਹੈ। ਮੈਂ ਨਹੀਂ ਕਹਿੰਦਾ ਕਿ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦਾ, ਮੈਂ ਕਹਿੰਦਾ ਕਿ ਤੁਸੀਂ ਨੌਬਤ ਕਿਉਂ ਆਉਣ ਦਿੰਦੇ ਹੋ ਕਿ ਧਰਨਾ ਪ੍ਰਦਰਸ਼ਨ ਤੋਂ ਬਾਅਦ ਜਾ ਕੇ ਹੀ ਮਸਲੇ ਹੱਲ ਹੁੰਦੇ ਜੀ। ਚਲੋ, ਇੱਕ ਹੋਰ ਸਟੈਪ ਅਸੀਂ ਅੱਗੇ ਨਿਕਲਦੇ ਹਾਂ, ਧਰਨਾ ਪ੍ਰਦਰਸ਼ਨ ਨਹੀਂ, ਪੱਕੇ ਧਰਨਿਆਂ ਤੋਂ ਬਾਅਦ ਜਾ ਕੇ ਮਸਲੇ ਹੱਲ ਹੁੰਦੇ। ਦੂਸਰੇ ਪਾਸੇ ਜਿਹੜਾ ਇੱਕ ਇਹ ਨੁਕਸਾਨ ਹੈ, ਜਿਵੇਂ ਅਸੀਂ ਫਿਜ਼ੀਕਲੀ ਨਹੀਂ ਕਹਿ ਸਕਦੇ, ਟੈਕਨੀਕਲੀ ਅਸੀਂ ਕਹਿੰਦੇ ਹਾਂ, ਉਸ ਦੀ ਕੋਈ ਗਿਣਤੀ ਮਿਣਤੀ ਨਹੀਂ ਕਰਦਾ ਜੀ। ਖਾਸ ਕਰਕੇ ਜਿਹੜਾ ਭਾਰਤ ਹੈ ਇਹਨੂੰ ਐਂ ਕਹਿ ਲਈਏ ਕਿ ਪਿੰਡਾਂ ਦਾ ਦੇਸ਼ ਕਿਹਾ ਜਾਂਦਾ ਹੈ, ਚਾਹੇ ਹੁਣ ਪਿੰਡ ਬਹੁਤ ਐਡਵਾਂਸ ਹੋ ਗਏ ਨੇ, ਮੈਂ ਨਹੀਂ ਕਹਿੰਦਾ ਕਿ ਪਿੰਡਾਂ ਬਾਰੇ, ਇਸ ਗੱਲ ਬਾਰੇ ਪਤਾ ਨਹੀਂ, ਪਰ ਹਾਲੇ ਉਹਨਾਂ ਦੀ ਜਿਹੜੀ ਸੋਚ ਵਾਲੀ ਦ੍ਰਿਸ਼ਟੀ ਹੈ, ਜਿਹੜੀ ਆਲੋਚਨਾ ਵਾਲੀ ਦ੍ਰਿਸ਼ਟੀ ਹੈ, ਉਹ ਡਿਜੀਟਲ ਐਂਗਲ ਦੇ ਉੱਤੇ ਘੱਟ ਹੈ ਜੀ। ਪਤਾ ਹੋ ਸਕਦਾ, ਪਰ ਆਲੋਚਨਾ ਦ੍ਰਿਸ਼ਟੀ ਹਾਲੇ ਓਨੀ ਨਹੀਂ। ਸਾਡੀ ਕੋਸ਼ਿਸ਼ ਹੈ ਕਿ ਇੱਕ ਰਿਪੋਰਟ ਤੁਹਾਡੇ ਨਾਲ ਜਨਤਕ ਕੀਤੀ ਜਾਵੇ ਕਿ ਭਾਰਤ ਸਰਕਾਰ ਸਮੇਤ ਪੂਰੇ ਵਿਸ਼ਵ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਿੱਥੇ ਕਿੱਥੇ ਜਿਹੜੀਆਂ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਨੇ। ਡਿਜੀਟਲ ਭਾਰਤ ਦਾ ਇਹ ਨਾਰਾ ਦਿੰਦੇ ਨੇ ਜੀ। ਡਿਜੀਟਲ ਭਾਰਤ ਦੇ ਵਿੱਚ ਅਸੀਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਤਾਂ ਹੋਰ ਵੀ ਬਿਹਤਰ ਦੇਣੀਆਂ ਨੇ। ਆ ਪਿਛਲੇ ਦਿਨੀ 5G ਦਾ ਇਹਨਾਂ ਨੇ ਇੱਕ ਵਾਰੀ ਫਿਰ ਲਾਂਚ ਕਰ ਦਿੱਤਾ, ਕਹਿਣਗੇ ਜਾਂ ਉਦਘਾਟਨ ਕਰ ਦਿੱਤਾ ਹੈ, ਪਰ ਭਾਈ ਚੱਲਣ ਤਾਂ ਤੁਸੀਂ 4G ਨਹੀਂ ਦਿੰਦੇ ਜੀ। ਉਦਘਾਟਨ ਤਾਂ ਤੁਸੀਂ 5 ਤੋਂ ਬਾਅਦ 6 ਦਾ ਕਰੋ, 7 ਦਾ ਕਰੋ। ਉਦਘਾਟਨ ਕਰਨ ਦੇ ਨਾਲ ਡਿਜੀਟਲ ਇੰਡੀਆ ਨਹੀਂ ਹੁੰਦਾ, ਡਿਜੀਟਲ ਇੰਡੀਆ ਹੋਊਗਾ ਡਿਜੀਟਲ ਤਰੀਕੇ ਦੇ ਨਾਲ ਕੰਮ ਕਰਨ ਦੇ ਨਾਲ, ਤੇ ਡਿਜੀਟਲ ਜਿਹੜਾ ਰੂਟ ਆ ਇਹ ਰੁਕੇ ਨਾ, ਇਹ ਚੱਲਦਾ ਰਹੇ। ਚਾਹੇ ਤੁਸੀਂ ਗੱਲ ਕਰਦੇ ਸੀ ਕਿ ਬੈਂਕ ਜਿਵੇਂ ਜੁੜੇ ਹੋਏ ਨੇ, ਹਾਲਾਂਕਿ ਬੈਂਕ ਘੱਟ ਡਿਸਟਰਬ ਹੁੰਦੇ ਨੇ, ਪਰ ਲੋਕਾਂ ਦੇ ਦਿਮਾਗ ਵਿੱਚ ਤਾਂ ਇਹ ਗੱਲ ਜਾਂਦੀ ਹੈ ਨਾ, ਆਨਲਾਈਨ ਬੈਂਕਿੰਗ ਤਾਂ ਡਿਸਟਰਬ ਹੁੰਦੀ ਹੈ ਨਾ, ਜਿਹੜੀਆਂ ਐਪ ਚੱਲਦੀਆਂ ਨੇ ਉਹ ਤਾਂ ਡਿਸਟਰਬ ਹੋ ਜਾਂਦੀਆਂ, ਦੇਣ ਲੈਣ ਤਾਂ ਬੈਂਕਾਂ ਦਾ ਬਹੁਤਾ ਐਪ ਤੋਂ ਹੀ ਹੋ ਰਿਹਾ ਨਾ, ਚਾਹੇ ਅਸੀਂ ਗੂਗਲ ਐਪ ਦੀ ਗੱਲ ਕਰਦੇ ਹਾਂ। ਇਸ ਤੋਂ ਇਲਾਵਾ ਪਿਛਲੇ 2-2.5 ਸਾਲ ਤਾਂ ਜਿਹੜਾ ਨਵਾਂ ਇੱਕ ਚਸਕਾ ਲੱਗਿਆ ਹੋਇਆ ਆਨਲਾਈਨ ਪੜ੍ਹਾਈ ਦਾ, ਇਹ ਵੀ ਪ੍ਰਭਾਵਿਤ ਹੁੰਦਾ, ਆਨਲਾਈਨ ਕੋਚਿੰਗ ਦੀਆਂ ਵੀ ਕਲਾਸਾਂ ਜਿਹੜੀਆਂ ਪ੍ਰਭਾਵਿਤ ਹੁੰਦੀਆਂ ਨੇ। ਕਿੰਨੇ ਹੀ ਕੰਮ ਨੇ ਜਿਹੜੇ ਹੁਣ ਆਨਲਾਈਨ ਜੋਬ ਚੱਲਦੇ ਨੇ, ਕਿੰਨੇ ਹੀ ਕੰਮ ਨੇ, ਮੈਂ ਉਹਦਾ ਜ਼ਿਕਰ ਕਰੂੰਗਾ ਤਾਂ ਹੋ ਸਕਦਾ ਕਿ ਮੈਂ ਇੰਨਾ ਇਸ ਪੱਖ ਤੋਂ ਮਜ਼ਬੂਤ ਨਹੀਂ ਗਾ ਕਿ ਮੈਂ ਕੁਝ ਨਾ ਕੁਝ ਛੱਡ ਦੇਵਾਂ ਜੀ। ਪਰ ਇੱਕ ਰਿਪੋਰਟ ਜਿਹਦੀ ਗੱਲ ਤੁਸੀਂ ਕੀਤੀ ਆ, ਐਕਸਐਕਸ ਨਾਓ ਡਿਜੀਟਲ ਰਾਈਟ ਗਰੁੱਪ ਦੀ ਅਸੀਂ ਗੱਲ ਕਰਦੇ ਹਾਂ, ਇਹਨਾਂ ਨੇ ਨਾ ਪੂਰੇ ਵਿਸ਼ਵ ਦਾ ਸਰਵੇ ਕੀਤਾ 16 ਤੋਂ ਲੈ ਕੇ 22 ਤੱਕ ਦਾ, ਕਿ ਪੂਰੇ ਵਿਸ਼ਵ ਦੇ ਵਿੱਚ 74 ਦੇਸ਼ ਐਸੇ ਨੇ, 74 ਮੁਲਕ ਐਸੇ ਨੇ ਜਿੱਥੇ 931 ਵਾਰੀ
ਜੀ ਜਿਹੜਾ ਇੰਟਰਨੈਟ ਬੰਦ ਹੁੰਦਾ 16 ਤੋਂ ਲੈ ਕੇ 22 ਤੀਕਰ 74 ਮੁਲਕਾਂ ਵਿੱਚ 900 ਤੇ 31 ਵਾਰੀ ਤੇ ਜੇਕਰ ਮੈਂ ਇਹਦੇ ਵਿੱਚ ਗੱਲ ਕਰਾਂ ਜੁਲਾਈ 2012 ਤੋਂ ਲੈ ਕੇ ਜੂਨ 2022 ਤੀਕਰ ਕਰੀਬ ਕਰੀਬ 10 ਸਾਲ ਜੀ ਤਾਂ ਭਾਰਤ ਦੇ ਵਿੱਚ ਇਹਨਾਂ 10 ਸਾਲਾਂ ਦੇ ਵਿੱਚ 600 ਤੇ 47 ਵਾਰੀ ਜਿਹੜਾ ਇੰਟਰਨੈਟ ਹੈ ਉਹ ਬੰਦ ਕਰ ਦਿੱਤਾ ਜਾਂਦਾ ਹੈ ਤੇ ਇਹ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਹੈ ਬਿਲਕੁਲ ਜੀ ਜਿੱਥੇ ਵਿਸ਼ਵ ਦੇ ਵਿੱਚ 931 ਵਾਰੀ ਹੋ ਰਿਹਾ ਹੈ ਤੇ ਇਕੱਲੇ ਇੰਡੀਆ ਦੇ ਵਿੱਚ 600 ਤੋਂ ਸਮਥਿੰਗ ਜਿਹੜਾ ਤੁਸੀਂ ਕਿਹਾ ਹੈਗਾ ਉਹ ਹੋ ਰਿਹਾ ਬਿਲਕੁਲ ਫਿਰ ਅਸੀਂ ਕੀ ਕਹਿੰਦੇ ਹਾਂ ਕਿ ਅਸੀਂ ਵਿਕਾਸਸ਼ੀਲ ਦੇਸ਼ ਹਾਂ ਹੁਣ ਇਹ ਬਹਾਨਾ ਕਿੰਨਾ ਚਿਰ ਲਾਈ ਜਾਓਗੇ ਜੀ ਅਸੀਂ ਪਿਛਲੀ ਸਦੀ 'ਚ ਵੀ ਇਹੀ ਲਾਇਆ ਅਗਲੀ ਸਦੀ 'ਚ ਵੀ ਅਸੀਂ ਹਮੇਸ਼ਾ ਵਿਕਾਸਸ਼ੀਲ ਥੋੜ੍ਹਾ ਕਹੀ ਜਾਵਾਂਗੇ ਜੇ ਇੱਕ ਜਵਾਕ ਨੂੰ ਅਸੀਂ ਕਹੀ ਜੇ ਅੱਗੇ ਨਿਆਣਾ ਹੈ ਨਿਆਣਾ ਨਿਆਣਾ ਹੈ ਤਾਂ ਪਿਓ ਆ ਕੇ ਕਹਿੰਦਾ ਹੁੰਦਾ ਸਿਆਣਾ ਕਦੋਂ ਹੋਊਗਾ ਜੀ ਤਾਂ ਫਿਰ ਸਵਾਲ ਤਾਂ ਇਹੀ ਹੈ ਕਿ ਅਸੀਂ ਹੁਣ ਵਿਕਸਿਤ ਕਦੋਂ ਹੋਵਾਂਗੇ ਅਗਲੀ ਗੱਲ ਅਸੀਂ ਨਾ ਸਵਾਲ ਚੱਕਦੇ ਹਾਂ ਅਰਬ ਕੰਟਰੀ ਉੱਤੇ ਜੀ ਕਿ ਉੱਥੇ ਆਜ਼ਾਦੀ ਘੱਟ ਹੈ ਉੱਥੇ ਸਿਸਟਮ ਆ ਜਿਹੜਾ ਉਸ ਨੂੰ ਆਮ ਲੋਕਾਂ ਦੀ ਪਹੁੰਚ ਆਉਣ ਨਹੀਂ ਦਿੱਤਾ ਅਫਗਾਨਿਸਤਾਨ ਦੀ ਅਸੀਂ ਗੱਲ ਕਰਦੇ ਹਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਕਜ਼ਾਕਿਸਤਾਨ ਦੀ ਗੱਲ ਕਰਦੇ ਹਾਂ ਇਹਨਾਂ ਅਸੀਂ ਕੰਟਰੀਆਂ ਦੀਆਂ ਗੱਲਾਂ ਕਰਦੇ ਹਾਂ ਪਰ ਵਿਸ਼ਵ ਦੇ ਵਿੱਚ ਨੈੱਟ ਬੰਦ ਕਰਨ ਲਈ ਤਾਂ ਅਸੀਂ ਹਾਂ ਜੀ ਇੱਥੇ ਜਸਵਿੰਦਰ ਜੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਚਾਹੁੰਦਾ ਵੀ ਤੁਸੀਂ ਜ਼ਰੂਰ ਤੁਲਨਾ ਕਰਿਓ ਪਿਛਲੇ ਦਿਨੀ ਜਦੋਂ ਵਿਦੇਸ਼ ਮੰਤਰਾਲੇ ਕਹਿੰਦਾ ਹੈ ਕਿ ਕੈਨੇਡਾ ਜਿਹੜਾ ਹੈਗਾ ਲੋਕਤੰਤਰੀ ਅਧਿਕਾਰਾਂ ਦਾ ਘਾਣ ਮਾਰ ਰਿਹਾ ਹੈ ਅਤੇ ਉੱਥੇ ਇੱਥੇ ਜਦੋਂ ਭਾਰਤ ਦੇ ਵਿੱਚ ਜਦੋਂ ਕੋਈ ਲਹਿਰ ਖੜੀ ਹੁੰਦੀ ਹੈ ਜੀ ਸੋਸ਼ਲ ਮੀਡੀਆ ਅੱਜ ਉਹਦੇ ਵਿੱਚ ਵੱਡਾ ਹਿੱਸਾ ਨਿਭਾਉਂਦਾ ਜੀ ਸੋਸ਼ਲ ਮੀਡੀਆ 'ਤੇ ਜਦੋਂ ਕੋਈ ਲਹਿਰ ਸ਼ੁਰੂ ਹੁੰਦੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਪਹਿਲੀ ਹੁੰਦੀ ਹੈ ਇਹ ਹੁੰਦੀ ਹੈ ਕਿ ਇੰਟਰਨੈਟ ਨੂੰ ਠੱਪ ਕਰ ਦਿਓ ਉਹਨੂੰ ਡਾਊਨ ਕਰ ਦਿਓ ਇਹ ਵੀ ਜ਼ਰੂਰ ਤੁਲਨਾ ਨਾਲ ਜ਼ਰੂਰ ਕਰਿਓ ਜੀ ਬਿਲਕੁਲ ਜੀ ਇਹ ਤੁਲਨਾ ਵੀ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇੰਟਰਨੈਟ ਨੂੰ ਡਿਸਟਰਬ ਕੀਤਾ ਜਾਂਦਾ ਹੈ ਜੀ ਜਾਂ ਤਾਂ ਉਸ ਨੂੰ ਉਹਦੀ ਰੇਂਜ ਘਟਾ ਦਿਓ ਅੱਗੇ ਜਾ ਕੇ ਅਸੀਂ ਗੱਲ ਕਰਾਂਗੇ ਜਾਂ ਉਹਨੂੰ ਪੂਰੇ ਤਰੀਕੇ ਨਾਲ ਬੰਦ ਕਰ ਦਿਓ ਤਾਂ ਮੈਂ ਲੋਕਤੰਤਰ ਦੀ ਜੇਕਰ ਗੱਲ ਕਰੀਏ ਤਾਂ ਆਪਾਂ ਪਿਛਲੇ ਦਿਨ ਇੱਕ ਹੋਰ ਰਿਪੋਰਟ ਕੀਤੀ ਸੀ ਜੀ ਕਿ ਮੀਡੀਆ ਦੀ ਜਦੋਂ ਰੈਂਕਿੰਗ ਕਰਦੇ ਹਾਂ ਤਾਂ ਭਾਰਤ 153 ਨੰਬਰ ਦੇ ਉੱਤੇ ਆਉਂਦਾ ਹੈ ਜੀ 174 ਮਾਫ਼ ਕਰਨਾ 184 ਦੇਸ਼ਾਂ ਦੀ ਉਹ ਲਿਸਟ ਸੀ ਉਹਦੇ ਵਿੱਚ 153 ਰੈਂਕ ਸਾਡਾ ਹੈ ਲੋਕਤੰਤਰ ਦੀ ਬਾਤ ਅਸੀਂ ਗੂੰਜ ਕੇ ਪਾਉਣੀ ਹੈ ਚਿੱਠੀ ਅਸੀਂ ਜਸਟਿਨ ਟਰੂਡੋ ਨੂੰ ਪਾਈ ਬੈਠੇ ਹਾਂ ਜੀ ਕਿ ਤੁਸੀਂ ਆਪਣੇ ਦੇਸ਼ ਵਿੱਚ ਲੋਕਤੰਤਰ ਨੂੰ ਇਸ ਤਰੀਕੇ ਨਾਲ ਨਾ ਵਰਤੋ ਕਿ ਦੂਸਰੇ ਦੇਸ਼ਾਂ ਦੇ ਲੋਕਤੰਤਰ ਨੂੰ ਖਤਰਾ ਹੋ ਜਾਵੇ ਆਹ ਹੁਣ ਇੱਕ ਹੋਰ ਨੋਟਿਸ ਜਿਹੜਾ ਗੁਰਬਦੰਤ ਪੰਨੂ ਨੂੰ ਕੱਢਿਆ ਗਿਆ ਸੀ ਜੀ ਉਸ ਨੂੰ ਸਮਝਿਆ ਨਹੀਂ ਗਿਆ ਜਾਂ ਕਹਿ ਲਈਏ ਕਿ ਉਸਨੂੰ ਰੱਦ ਕਰ ਦਿੱਤਾ ਗਿਆ ਇਹ ਸਾਰੇ ਮਸਲੇ ਜਿਹੜੇ ਚੱਲਦੇ ਨੇ ਨਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਤਾਂ ਉੱਥੇ ਜਵਾਬਦੇਹ ਹੋ ਜਾਂਦੇ ਸੀ ਔਰਤਾਂ ਨਾਲ ਰੇਪ ਦੀ ਗੱਲ ਦੀ ਰਿਪੋਰਟ ਵੀ ਅਸੀਂ ਕੀਤੀ ਸੀ ਜਦੋਂ ਅਸੀਂ ਲੋਕਤੰਤਰ ਵਾਲੇ ਪਾਸੇ ਤੁਰੀ ਪਾਈ ਜੀ ਲੋਕ ਸਭਾ ਦੇ ਵਿੱਚ ਕਿੰਨੇ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਜਿਨ੍ਹਾਂ ਦੇ ਉੱਤੇ ਰੇਪ ਤੋਂ ਲੈ ਕੇ ਕਤਲ ਤਿਕਰ ਧੋਖਾ ਧੜੀ ਤਿਕਰ ਦੇ ਮਾਮਲੇ ਦਰਜ ਨੇ ਪਹਿਲਾਂ ਇਹ 47% ਸੀ ਹੁਣ ਇਹ ਡਾਟਾ ਹੋਰ ਵੱਧ ਗਿਆ ਜੀ ਮੈਂ ਚਲੋ ਖੈਰ ਬੜੇ ਪੱਖ ਨੇ ਲੋਕਤੰਤਰ ਦੇ ਪੱਤਰਕਾਰਾਂ ਦੇ ਉੱਤੇ ਪਿਛਲੇ ਦਿਨ ਜਿਸ ਤਰੀਕੇ ਨਾਲ ਇੱਕ ਨਿਊਜ਼ ਐਂਕਰ ਦੇ ਉੱਤੇ ਵੀ ਕਾਰਵਾਈ ਹੋਈ ਸੀ ਉਹ ਵੀ ਜਾਣਦੇ ਹਾਂ ਤਾਂ ਜਦੋਂ ਸਾਰਾ ਕੁਛ ਅਸੀਂ ਵੇਖਦੇ ਹਾਂ ਨਾ ਤਾਂ ਫਿਰ ਲੋਕਤੰਤਰ ਭਾਈ ਕਹਿਣ ਨੂੰ ਨਹੀਂ ਹੁੰਦਾ ਸਮਝਣ ਸਮਝਾਉਣ ਨੂੰ ਤੇ ਹੰਢਾਉਣ ਵਰਤਣ ਨੂੰ ਵੀ ਹੁੰਦਾ ਜੀ ਇਹ ਸਾਰੇ ਦੇ ਸਾਰੇ ਵਿੱਚ ਜੇਕਰ 600 ਤੇ 47 ਵਾਰੀ ਭਾਰਤ ਦਾ ਬੰਦ ਹੋਈ ਜਾਂਦਾ ਹੈ ਤਾਂ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਅਸੀਂ ਆ ਗਏ ਹਾਂ ਮੈਂ ਹੁਣ ਜੇਕਰ ਸਨਅਤ ਦੀ ਗੱਲ ਕਰਾਂ 16 ਦੇ ਵਿੱਚ 30 ਵਾਰੀ ਬੰਦ ਹੁੰਦਾ ਹੈ 2016 ਦੇ ਵਿੱਚ ਭਾਰਤ ਦੇ ਵਿੱਚ ਇੰਟਰਨੈਟ 30 ਵਾਰੀ ਬੰਦ ਕੀਤਾ ਜਾਂਦਾ ਜੀ ਹੁਣ ਇਹਦੇ ਵਿੱਚ 16 ਦੇ ਵਿੱਚ ਸਰਕਾਰ ਕਿਹਦੀ ਹੈ ਨਰਿੰਦਰ ਮੋਦੀ ਜੀ 14 ਵਿੱਚ ਆਉਂਦੇ ਨੇ ਤੇ 16 ਦੇ ਵਿੱਚ ਇਹਨਾਂ ਨੂੰ 2 ਸਾਲ ਹੋਏ ਹੁੰਦੇ ਨੇ ਖੈਰ ਉਸ ਵਕਤ ਕਾਫੀ ਮਸਲੇ ਜਿਹੜੇ ਬਣ ਜਾਂਦੇ ਨੇ ਜਿਹਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ 3 ਤਲਾਕ ਵਾਲਾ ਮਾਮਲਾ ਹੈ ਜੀ ਨਾਗਰਿਕਤਾ ਸੋਧ ਬਿੱਲ ਵਾਲਾ ਮਾਮਲਾ ਹੈ ਗੋਰਖਿਆਂ ਦਾ ਜਨ ਅੰਦੋਲਨ ਹੈ ਇਹ 16 ਦੀਆਂ ਘਟਨਾਵਾਂ ਨੇ ਜੀ ਉਸ ਵਕਤ 30 ਵਾਰੀ ਬੰਦ ਹੁੰਦਾ ਹੁਣ ਤੇ ਫਿਰ ਘਟਨੇ ਚਾਹੀਦੇ ਸੀ ਮਸਲੇ ਜੇਕਰ ਇਹ ਕਹਿੰਦੇ ਕਿ ਸਰਕਾਰਾਂ ਬਹੁਤ ਤੇਜ਼ੀ ਨਾਲ ਕੰਮ ਕਰਦੀਆਂ ਨੇ ਤਾਂ ਇਹ 21 ਦੇ ਵਿੱਚ ਆ ਕੇ ਹੁਣ ਐਵਰੇਜ ਹੈ ਜਿਹੜੀ ਸਾਲ ਦੇ ਵਿੱਚ ਇੰਟਰਨੈਟ ਬੰਦ ਹੋਣ ਦੀ ਉਹ 106 ਤੋਂ ਲੈ ਕੇ ਤੇ 110 ਵਰਗੀ ਜੀ ਕਹਿਣ ਦਾ ਭਾਵ ਕਿ ਡਿਸਟਰਬੈਂਸ ਵਧੀ ਹੈ ਸਰਕਾਰਾਂ ਅੰਕੜਿਆਂ ਦੇ ਨਾਲ ਜਵਾਬ ਦੇ ਦੇਣਾ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਸਾਨੂੰ ਲਛਮਣ ਰੇਖਾ ਪਤਾ ਹੈ ਪਰ ਜਿਹੜੀਆਂ ਪਟੀਸ਼ਨਾਂ ਨੋਟਬੰਦੀ ਦੇ ਉੱਤੇ ਪਾਈਆਂ ਹੋਈਆਂ ਨੇ 16 ਦੇ ਵਿੱਚ ਸੀ ਨੋਟਬੰਦੀ ਜਿਹੜੀਆਂ ਪਟੀਸ਼ਨਾਂ ਨੋਟਬੰਦੀ ਤੇ ਪਾਈਆਂ ਹੋਈਆਂ ਅਸੀਂ ਲਛਮਣ ਰੇਖਾ ਨੂੰ ਵੀ ਖਿਆਲ 'ਚ ਰੱਖਾਂਗੇ ਪਰ ਅਸੀਂ ਉਹਦੇ 'ਤੇ ਸੁਣਵਾਈ ਕਰਾਂਗੇ ਉਹਦੇ ਵਿੱਚ ਖਾਸ ਕਰਕੇ 500 ਦਾ ਤੇ 1000 ਦੇ ਨੋਟ ਦਾ ਮਸਲਾ ਜਿਹੜਾ ਉਹ ਇਹ ਵੀ ਇੱਕ ਮਸਲਾ ਹੈ ਹਾਲਾਂਕਿ ਅਸੀਂ ਇੰਟਰਨੈਟ ਦੀ ਗੱਲ ਅੱਜ ਕਰਨੀ ਹੈ ਪਰ ਇਹ ਸਾਰੇ ਮਸਲੇ ਜਿਵੇਂ ਤੁਸੀਂ ਕਹਿ ਦਿੱਤਾ ਕਿ ਕੰਪੈਰੀਜ਼ਨ ਵਿੱਚ ਗੱਲ ਕਰੀਏ ਜੀ ਤਾਂ ਇਹ ਲੋਕਤੰਤਰ ਦੇ ਨਾਲ ਜੁੜਦੇ ਆ
ਦੂਜੇ ਪਾਸੇ ਜੇਕਰ ਮੈਂ ਗੱਲ ਕਰਾਂ ਕਿ ਇੰਟਰਨੈਟ ਬੰਦ ਕਰਨ ਦੇ ਬੜੇ ਤਰੀਕੇ ਹੋ ਸਕਦੇ ਨੇ, ਚਲੋ ਖੈਰ ਅਸੀਂ ਅੱਗੇ ਜਾ ਕੇ ਕਰਦੇ ਹਾਂ, ਇਹ ਹੁਣ ਤੀਕਰ ਦੀ ਤਸਵੀਰ ਹੈ ਜੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ, ਵਿਸ਼ਵ ਦੀ ਵੀ ਕੰਪੈਰੀਜ਼ਨ ਇੰਡੀਆ ਦੀ ਵੀ, ਕਿ ਅਸੀਂ ਦੇਖੋ ਕਿਸੇ ਨਾ ਕਿਸੇ ਕੰਮ 'ਚ ਤਾਂ ਪਹਿਲੇ ਨੰਬਰ 'ਤੇ ਆ ਹੀ ਜਾਂਦੇ ਜੀ। ਜਿਹੜੇ ਲੋਕ ਜੀ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਤੱਕ ਸੀਮਤ ਸੀ, ਜਦੋਂ ਟਵਿੱਟਰ 'ਤੇ ਆਏ, ਉਹਨਾਂ ਨੇ ਟਰੈਕਟਰ ਟੂ ਟਵਿੱਟਰ ਦਾ ਜਿਹੜਾ ਆਪਣਾ ਹੈਸ਼ਟੈਗ ਚਲਾਇਆ ਜੀ, ਇੱਕ ਲਹਿਰ ਖੜੀ ਕੀਤੀ, ਹੈ ਨਾ। ਉਹਨਾਂ ਲਹਿਰਾਂ ਤੋਂ ਜਦੋਂ ਸਰਕਾਰ ਡਰਦੀ ਹੈ ਨਾ, ਫਿਰ ਜੀ ਇੰਟਰਨੈਟ ਇਹਨਾਂ ਨੂੰ ਠੱਪ ਵੀ ਕਰਨਾ ਪੈ ਜਾਂਦਾ, ਡਾਊਨ ਵੀ ਕਰਨਾ ਪੈ ਜਾਂਦਾ। ਤੁਹਾਡੇ ਜਿਹੜੀ ਕੋਲ ਜਿਹੜੀ ਰਿਪੋਰਟ ਹੈ, ਇਹ ਅੰਕੜੇ ਹੋਰ ਕੀ ਬਿਆਨ ਕਰਦੇ ਨੇ? ਤੁਸੀਂ ਨਾ ਬਹੁਤ ਖੂਬਸੂਰਤ ਗੱਲ ਕਹਿਤੀ, ਮੈਂ ਅੰਕੜਿਆਂ ਵਿੱਚ ਨਹੀਂ ਜਾਂਦਾ, ਪਰ ਗੁਰਸੇਵਕ ਜੀ ਜਦੋਂ ਇੰਟਰਨੈਟ ਚੱਲਦਾ ਹੈ ਜੀ, ਉਦੋਂ ਵੀ ਸਰਕਾਰ ਦੇ ਖਿਲਾਫ ਜੇਕਰ ਚੱਲਦਾ ਹੈ, ਖਿਲਾਫ ਨਹੀਂ ਮੈਂ ਕਹੂੰਗਾ, ਲੋਕ ਜੇਕਰ ਆਪਣੀ ਆਵਾਜ਼ ਚੱਕਦੇ ਨੇ ਜੀ ਸਰਕਾਰ ਦੇ ਮੂਹਰੇ, ਤਾਂ ਉਸ ਵਕਤ ਵੀ ਇਸ ਚੀਜ਼ ਨੂੰ ਇੱਕ ਤਰੀਕੇ ਦੇ ਨਾਲ ਅਟੈਕ ਕਰਕੇ ਉਸ ਨੂੰ ਰੋਕਿਆ ਜਾਂਦਾ ਹੈ ਜੀ। ਗੱਲ ਅਸੀਂ ਕਰੀਏ ਕਿਸਾਨੀ ਅੰਦੋਲਨ ਦੀ, ਤਾਂ ਉਹਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਉਹਦਾ ਰੋਲ ਰਿਹਾ, ਟਵਿੱਟਰ ਦਾ ਰੋਲ ਰਿਹਾ ਜੀ, ਫੇਸਬੁੱਕ ਦਾ ਵੱਡਾ ਰੋਲ ਰਿਹਾ, ਉਹਦੇ ਵਿੱਚ ਵਟਸਐਪ ਦਾ ਵੀ ਬਹੁਤ ਵੱਡਾ ਰੋਲ ਰਿਹਾ ਜੀ, ਤਾਂ ਉਹਦੇ ਵਿੱਚ ਜਿਹੜਾ ਸੈਟੇਲਾਈਟ ਮੀਡੀਆ ਉਹਦੇ ਰੋਲ ਨੂੰ ਉਹਨੇ ਕੰਟਰੋਲ 'ਚ ਕਰ ਲਿਆ ਸੀ। ਬਿਲਕੁਲ ਜੀ, ਗੋਦੀ ਮੀਡੀਆ ਦੀ ਚੀਕ ਅੱਜ ਤੀਕਰ ਵੀ ਵੱਜਦੀ ਹੈ, ਹੁਣ ਤਾਂ ਕੇਜੀ ਮੀਡੀਆ ਦੀ ਵੀ ਵੱਜਦੀ ਹੈ ਜੀ। ਜਿੱਥੇ ਜਿੱਥੇ ਕੇਜੀ ਦਾ ਰਾਜ ਹੈ, ਤਾਂ ਉਹਦੀ ਮੀਡੀਆ ਦੀ ਵੀ ਉੱਤੇ ਇੱਕ ਸਵਾਲ ਖੜੇ ਹੁੰਦੇ ਨੇ। ਹੁਣ ਅਗਲੀ ਗੱਲ, ਜਦੋਂ ਚੱਲਦਾ ਹੈ ਉਦੋਂ ਵੀ ਨਹੀਂ ਚੱਲਦਾ ਜੀ। ਟਵਿੱਟਰ ਨੇ ਕਰਨਾਟਕਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਪਾਇਆ ਪੰਜਾਬ ਭਾਰਤ ਸਰਕਾਰ ਦੇ ਖਿਲਾਫ ਜੀ, ਭਾਰਤ ਸਰਕਾਰ ਦੇ ਖਿਲਾਫ ਕੇਸ ਪਾਇਆ। ਕੀ ਕਿਹਾ ਉਹਦੇ ਵਿੱਚ, ਕਿ ਸਾਨੂੰ ਕਿਹਾ ਜਾ ਰਿਹਾ ਜੀ ਆਹ ਆਹ ਪੋਸਟਾਂ ਜਿਹੜੀਆਂ ਨੇ, ਆਹ ਆਹ ਟਵੀਟ ਨੇ ਹਟਾ ਦੇ ਜੀ। ਉਹ ਕਹਿੰਦੇ ਕਿਸਾਨੀ ਅੰਦੋਲਨ ਵੇਲੇ ਸਾਡੇ ਕੋਲ ਲਗਾਤਾਰ ਕਹਿੰਦੇ ਚਿੱਠੀਆਂ ਇਹਨਾਂ ਦੀਆਂ ਆਉਂਦੀਆਂ, ਟਵਿੱਟਰ ਦੇ ਉੱਤੇ ਦਬਾਅ ਲਾਇਆ ਜਾਂਦਾ, ਕਹਿੰਦੇ ਇਸ ਤਰੀਕੇ ਨਾਲ ਸਾਡਾ ਬਿਜ਼ਨਸ ਹੈ ਜਿਹੜਾ ਉਹ ਖਰਾਬ ਹੁੰਦਾ ਭਾਰਤ ਦੇ ਵਿੱਚ, ਅਸੀਂ ਨਹੀਂ ਕਰ ਸਕਦੇ। ਭਾਰਤ ਸਰਕਾਰ ਨੂੰ ਉੱਥੇ ਵੀ ਜਿਹੜੀ ਝਾੜ ਪਈ ਹੈ, ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਚੱਲਦਾ ਉੱਥੇ ਵੀ ਤਾਂ ਸੋਚਦੇ ਨੇ ਕਿ ਦਬਾਅ ਦੇ ਵਿੱਚ ਚੱਲੇ ਜੀ, ਉੱਥੇ ਵੀ ਸੋਚਦੇ ਨੇ ਕਿ ਸਾਡੇ ਜਿਵੇਂ ਜਿਵੇਂ ਚਾਹੁੰਦੇ ਉਵੇਂ ਉਵੇਂ ਚੱਲੇ। ਇਹਨਾਂ ਦੇ ਆਈ ਟੀ ਸੈੱਲ ਜਿਹੜੇ ਬਣਾਏ ਨੇ, ਪਾਰਟੀ ਪੱਧਰ ਤੇ ਬਣਾਏ ਨੇ, ਸਰਕਾਰ ਪੱਧਰ ਤੇ ਬਣਾਏ ਨੇ, ਸੂਬਾ ਪੱਧਰ ਤੇ ਬਣਾਏ ਨੇ, ਉਹਨਾਂ ਦਾ ਕੰਮ ਕੀ ਹੈ ਜੀ? ਉਹਨਾਂ ਦਾ ਕੰਮ ਇਹੀ ਹੈ ਨਾ ਕਿ ਜੇਕਰ ਕੋਈ ਪੋਸਟ ਪਾਰਟੀ ਦੇ ਖਿਲਾਫ ਆਉਂਦੀ ਹੈ ਤਾਂ ਉਹਦੀ ਸੂਚਨਾ ਦੇਣੀ ਜੀ, ਉਸ ਦੇ ਉੱਤੇ ਕਮੈਂਟ ਇਸ ਤਰੀਕੇ ਦੇ ਕਰਨੇ ਕਿ ਬੰਦਾ ਦੁਬਾਰੇ ਬੋਲੇ ਨਾ। ਹੁਣ ਤਾਂ ਖੈਰ ਜਿਹੜੀਆਂ ਹੋਰ ਲਹਿਰਾਂ ਨੇ ਨਾ ਵੱਖਰੀਆਂ ਵੱਖਰੀਆਂ, ਉਹਦੇ ਲਈ ਵੀ ਇੱਕ ਪੈਂਡਲਾ ਬਣ ਗਿਆ ਕਿ ਆਈ ਟੀ ਸੈੱਲ ਆ ਜਿਹੜੇ ਵਰਤੇ ਜਾਂਦੇ ਆ ਜੀ। ਕਿਸਾਨੀ ਅੰਦੋਲਨ 'ਚ ਅਸੀਂ ਵੇਖਿਆ ਕਿ ਆਈ ਟੀ ਸੈੱਲ ਕਿਸ ਤਰੀਕੇ ਦੇ ਨਾਲ ਵਰਤੇ ਭਾਰਤ ਸਰਕਾਰ ਨੇ ਉਸ ਅੰਦੋਲਨ ਦੇ ਵਿੱਚ, ਖਾਲਿਸਤਾਨੀ, ਵੱਖਵਾਦੀ, ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਜਿਹੜੇ ਵਰਤੇ ਗਏ ਸੀਗੇ, ਪਰ ਕਿਸਾਨਾਂ ਨੇ ਪ੍ਰੂਫ ਕੀਤਾ, ਆਪਣੇ ਆਪ ਨੂੰ ਸਾਬਤ ਕੀਤਾ ਕਿ ਅਸੀਂ ਅੰਦੋਲਨ ਕਰਨ ਵੀ ਜਾਣਦੇ ਹਾਂ, ਇਕੱਲਾ ਕਣਕ ਝੋਨੇ ਤੋਂ ਜੋ ਗ੍ਰੇ ਸੀਮਤ ਨਹੀਂ, ਉਹਦੇ ਵਾਸਤੇ ਨਹੀਂ ਅਸੀਂ ਬਣੇ। ਤੁਸੀਂ ਕਿਹਾ ਇਹ ਹੋਰ ਰਿਪੋਰਟ ਸਾਂਝੀ ਕਰੀਏ, ਤਾਂ ਜੇਕਰ ਅਸੀਂ ਗੱਲ ਕਰੀਏ ਇਹਦੇ ਵਿੱਚ ਸਟੇਟ ਅਨੁਸਾਰ ਜੀ, ਵੀ ਸਟੇਟ ਅਨੁਸਾਰ ਕਿੱਥੇ ਕਿੱਥੇ ਸਭ ਤੋਂ ਵੱਧ ਬੰਦ ਹੋਇਆ, ਤਾਂ ਸਭ ਤੋਂ ਵੱਧ ਜਿਹੜਾ ਬੰਦ ਹੈ 16 ਦੇ ਵਿੱਚ ਉਹ ਜੰਮੂ ਕਸ਼ਮੀਰ ਵਿੱਚ ਰਿਹਾ। ਅਸੀਂ ਕਹਿੰਦੇ ਹਾਂ ਕਿ ਧਾਰਾ 370 ਦਾ ਮਾਮਲਾ ਜਿਹੜਾ ਸੀਗਾ ਉਹਦੇ ਕਰਕੇ ਇੰਟਰਨੈਟ ਬੰਦ ਰਿਹਾ ਜੀ, ਤੇ ਉੱਥੇ ਸਵਾਵਾਂ ਹੁਣ ਵੀ ਕਿਤੇ ਕਿਤੇ ਡਿਸਟਰਬ ਹੁੰਦੀਆਂ ਜਦੋਂ ਕਿਤੇ ਇਹ ਆਵਾਜ਼ ਜਦੋਂ ਉੱਠਦੀ ਹੈ। ਉੱਥੋਂ ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀ ਇਹ ਜਿਹੜੀ ਮਸਲਾ ਚੱਕਿਆ ਸੀ ਜੀ, ਅਬਦੁੱਲਾ ਜਿਹੜੇ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਆ, ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਸੀ। ਪਿਛਲੇ ਦਿਨੀ ਸਾਡੇ ਗ੍ਰਹਿ ਮੰਤਰੀ ਜਦੋਂ ਉੱਥੇ ਬਾਰਾਮੂਲਾ ਜ਼ਿਲ੍ਹਾ ਜਿਹੜਾ ਜੰਮੂ ਦੇ ਉੱਤਰ ਦੇ ਵਿੱਚ ਪੈਂਦਾ, ਉੱਥੇ ਜਦੋਂ ਉਹ ਜਾਂਦੇ ਨੇ ਤਾਂ ਮਹਿਬੂਬਾ ਮੁਫਤੀ ਜੀ ਕਹਿੰਦੇ ਨੇ ਕਿ ਮੈਨੂੰ ਘਰ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਜੀ, ਉਹ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਂਦੇ ਨੇ, ਇੰਟਰਨੈਟ ਸੇਵਾਵਾਂ ਕਹਿੰਦੇ ਡਾਊਨ ਕੀਤੀਆਂ ਗਈਆਂ ਮੇਰੀਆਂ, ਉਹ ਸਾਰਾ ਕੁਝ ਜਿਹੜਾ ਉਹਨਾਂ ਨੇ ਦੱਸਿਆ। ਤਾਂ ਇਹ ਮਸਲੇ ਜੰਮੂ ਕਸ਼ਮੀਰ ਵਿੱਚ ਹਾਲੇ ਵੀ ਬਣੇ ਹੋਏ ਨੇ, ਹਾਲੇ ਵੀ ਬਰਕਰਾਰ ਨੇ ਜੀ। ਪਰ ਅਗਲੀ ਗੱਲ, 64% ਭਾਰਤ ਦਾ ਜਿੰਨਾ ਬੰਦ ਹੋਇਆ ਨਾ, ਜਿੰਨੇ ਅਸੀਂ ਦਿਨਾਂ ਦੀ ਗੱਲ ਕੀਤੀ ਹੈ, ਉਹਦਾ 64% ਇਕੱਲਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਰਹੇ ਜੀ। ਇਸ ਤੋਂ ਅੱਗੇ ਰਾਜਸਥਾਨ ਦੇ ਵਿੱਚ 8.9% ਹੈ ਜਿਹੜਾ ਉਹ ਪ੍ਰਤੀਸ਼ਤ, ਮੈਂ ਕਹਿ ਰਿਹਾ ਜੀ, ਪ੍ਰਤੀਸ਼ਤ ਵਿੱਚ ਬੰਦ ਰਿਹਾ। ਯੂਪੀ ਦੇ ਵਿੱਚ 4.1% ਹੈ, ਹਰਿਆਣੇ ਦੇ ਵਿੱਚ 2.3% ਹੈ। ਇਹ ਵੀ ਕਿਸਾਨੀ ਅੰਦੋਲਨ ਦਾ ਪ੍ਰਭਾਵ ਸੀਗਾ ਹਰਿਆਣੇ ਵਿੱਚ ਉਸ ਵਕਤ ਦਾ, ਤੇ ਯੂਪੀ ਦੇ ਵਿੱਚ ਜਦੋਂ ਰਾਮ ਮੰਦਿਰ ਦਾ ਮਸਲਾ ਸੀ ਇਹ ਉਸ ਵਕਤ ਦਾ ਹੈ ਜੀ। ਇਹ ਸਾਰੀਆਂ ਜਿਹੜੀਆਂ ਗੱਲਾਂ ਹੈ, ਇਸ ਤੋਂ ਅੱਗੇ ਵੀ ਜੇਕਰ ਮੈਂ ਚੱਲਾਂ ਤਾਂ ਉਹ ਇਹ ਬਣਦੇ ਹੈ ਕਿ ਇਹਦੇ ਨਾਲ ਇਕੱਲਾ ਇਹ ਨਹੀਂ ਹੁੰਦਾ, ਸਾਡੀ ਆਰਥਿਕਤਾ ਆਮ ਲੋਕਾਂ ਦੀ ਜਿਹੜੀ ਹੈਗੀ ਨਾ, ਉਹ ਆਮ ਦੀ ਨਹੀਂ, ਉਹ ਭਾਰਤ ਸਰਕਾਰ ਦੇ ਨਾਲ ਜੁੜੀ ਹੋਈ ਹੈ ਜੀ। ਜੇਕਰ ਕਿਸੇ ਘਰ ਦਾ ਪਹੀਆ ਘੁੰਮਦਾ ਹੈ ਤਾਂ ਫਿਰ ਸਰਕਾਰ ਦਾ ਪਹੀਆ ਘੁੰਮਦਾ ਹੈ, ਤਾਂ ਉਸ ਚੀਜ਼ ਨੂੰ ਵੀ ਠੇਸ ਪਹੁੰਚਦੀ ਹੈ। ਖੈਰ ਅੱਗੇ ਜਾ ਕੇ ਇਸੇ 'ਤੇ ਵੀ ਗੱਲ ਕਰਾਂ ਜੀ। ਜਸਵਿੰਦਰ ਜੀ, ਭਾਰਤ ਇੰਟਰਨੈਟ ਫਰੀਡਮ ਫਾਊਂਡੇਸ਼ਨ ਜਿਹੜੀ ਸੰਸਥਾ ਹੈਗੀ ਹੈ ਜੀ, ਉਹਦਾ ਇਸ ਬਾਰੇ ਕੀ ਕਹਿਣਾ ਹੈ ਜੀ?
ਦੇਖੋ ਜਿਵੇਂ ਤੁਸੀਂ ਨਾਂ ਹੀ ਲੈ ਦਿੱਤਾ ਕਿ ਭਾਰਤ ਫਰੀਡਮ ਇੰਟਰਨੈਟ ਜਿਹੜੀਆਂ ਸਾਡੀ ਸੰਸਥਾ ਜਾਂ ਕਹਿ ਲਈ ਸੇਵਾਵਾਂ ਦਿੰਦੀ ਹੈ ਜੀ, ਉਹਨਾਂ ਦਾ ਕਹਿਣਾ ਕਿ ਇੰਟਰਨੈਟ ਬੰਦ ਕੀਤਾ ਜਾ ਸਕਦਾ ਹੈ ਜੀ, ਅਸੀਂ ਵੀ ਕਹਿੰਦੇ ਕੀਤਾ ਜਾ ਸਕਦਾ ਹੈ, ਆਮ ਬੰਦੇ ਵੀ ਕਹਿੰਦੇ ਕੀਤਾ ਹੈ। ਕਦੋਂ? ਇੱਕ ਜਦੋਂ ਪਬਲਿਕ ਸੇਫਟੀ ਦੀ ਗੱਲ ਆ ਜੀ, ਇੱਕ ਜਦੋਂ ਕੋਈ ਐਮਰਜੈਂਸੀ ਵਰਗੇ ਹਾਲਾਤ ਬਣ ਜਾਣ ਤੁਸੀਂ ਕਰ ਸਕਦੇ ਹੋ ਬੰਦ, ਕਿਉਂਕਿ ਸਾਡਾ ਇੱਕ ਲਾਅ ਹੈ, ਮੈਂ ਤੁਹਾਡੇ ਨਾਲ ਉਹ ਵੀ ਡਿਸਕਸ ਕਰਨਾ, ਇੰਡੀਅਨ ਟੈਲੀਗ੍ਰਾਫੀ ਐਕਟ 1885 ਜੀ, ਇਹ ਐਕਟ ਦੇ ਅਨੁਸਾਰ ਅਸੀਂ ਬੰਦ ਕਰ ਸਕਦੇ। ਪਰ ਇਸ ਦੇ ਹੁਕਮ, ਇਸ ਦੇ ਦਿਸ਼ਾ ਨਿਰਦੇਸ਼ ਕੌਣ ਜਾਰੀ ਕਰ ਸਕਦਾ? ਘੱਟੋ ਘੱਟ ਹੋਮ ਸੈਕਟਰੀ ਲੈਵਲ ਦਾ ਅਹੁਦੇਦਾਰ ਜੀ, ਭਾਰਤ ਸਰਕਾਰ ਦਾ, ਸਟੇਟ ਦਾ ਨਹੀਂ, ਹੋਮ ਸੈਕਟਰੀ ਭਾਰਤ ਸਰਕਾਰ ਦਾ, ਉਸ ਲੈਵਲ ਦਾ, ਉਸ ਪੱਧਰ ਦਾ ਜਿਹੜਾ ਅਹੁਦੇਦਾਰ ਹੈ ਉਹ ਇਹ ਹੁਕਮ ਜਾਰੀ ਕਰ ਸਕਦਾ। ਪਰ ਅਸੀਂ ਬਹੁਤ ਵਾਰੀ ਵੇਖ ਰਹੇ ਹਾਂ ਅਸਲ ਵਿੱਚ ਕਿ ਇਹ DCP ਪੱਧਰ ਦੇ ਜਿਹੜੇ ਅਧਿਕਾਰੀ ਨੇ ਉਹੀ ਇਹਦੇ ਉੱਤੇ ਹੁਕਮ ਜਾਰੀ ਕਰ ਦਿੰਦੇ ਜੀ। ਅਸੀਂ ਦੇਖਿਆ ਕਿ ਬਹੁਤ ਵਾਰੀ ਇੰਟਰਨੈਟ ਜਿਹੜਾ ਬੰਦ ਹੋਇਆ ਨਾ ਉਹ ਛੋਟੇ ਅਧਿਕਾਰੀਆਂ ਦੇ ਕਹਿਣ ਦੇ ਉੱਤੇ ਹੋ ਜਾਂਦਾ ਹੈ। ਹਾਲਾਂਕਿ ਤੁਸੀਂ ਗੱਲ ਕਰਦੇ ਸੀਗੇ ਕਿ ਇੰਟਰਨੈਟ ਬੰਦ ਕਰਨ ਦੇ ਵੀ ਬੜੇ ਤਰੀਕੇ ਰੱਖਦੇ ਨਾ, ਜੀ ਪੂਰੇ ਤਰੀਕੇ ਨਾਲ ਸੇਵਾਵਾਂ ਠੱਪ ਕਰਦੇ ਜੀ, ਜਾਂ ਫਿਰ ਉਹ ਜਿਹੜਾ 4G ਹੈਗਾ ਉਹਨੂੰ 2G 'ਚ ਕਨਵਰਟ ਕਰਦੇ, ਬਿਲਕੁਲ ਜੀ ਉਹਨੂੰ ਡਾਊਨ ਕਰ ਦਿੰਦੇ ਆ, ਫਿਰ ਟ੍ਰੈਫਿਕ ਹੀ ਇੰਨਾ ਹੋ ਜਾਂਦਾ ਕਿ ਉਹਦਾ ਜਿਹੜਾ ਸਿਗਨਲ ਆ ਰੀਚ ਨਹੀਂ ਕਰ ਪਾਉਂਦਾ ਹੈਗਾ, ਉਹਦੇ 'ਤੇ ਟ੍ਰੈਫਿਕ ਵਧਣ ਦੇ ਕਾਰਨ ਜਿਹੜਾ ਹੈਗਾ ਗਾ ਐਕਸਚੇਂਜ ਆਫ ਕਮਿਊਨੀਕੇਸ਼ਨ ਨਹੀਂ ਹੋ ਪਾਉਂਦਾ ਜੀ। ਹਾਂ ਬਿਲਕੁਲ, ਕਿਉਂਕਿ ਜੇ ਇਸ ਤਰੀਕੇ ਨਾਲ ਕਰਨਗੇ ਤਾਂ ਉਹਦੇ ਨਾਲ ਜਿਹੜਾ ਸੁਨੇਹਾ ਸਕਿੰਟੋ ਸਕਿੰਟ ਹੀ ਜਾਂਦਾ ਹੈ ਜਾਂ ਕਹਿ ਦਈਏ ਕਿ ਪਲਸ਼ਾਂ ਦੇ ਵਿੱਚ ਜਾਂਦਾ, ਉਸ ਦੀ ਵੇਵਸ ਨੂੰ ਤੋੜ ਦਿੰਦੇ ਆ ਜੀ, ਉਹ ਸਪੀਡ ਜਿਹੜੀ ਖਤਮ ਕਰ ਦਿੰਦੇ ਆ, ਤੇ ਇੱਕ ਤਰੀਕੇ ਤੋਂ ਬੰਦ ਹੀ ਸਮਝਿਆ ਜਾਂਦਾ ਜਿਵੇਂ ਤੁਸੀਂ ਕਹਿੰਦੇ ਟ੍ਰੈਫਿਕ ਵੱਧ ਜਾਂਦਾ, ਤਾਂ ਇਹ ਵੀ ਇੱਕ ਤਰੀਕਾ ਰੱਖਦੇ ਆ। ਪਰ ਇੱਥੇ ਇਹ ਤਾਂ ਗੱਲ ਨਹੀਂ ਕਿ ਤੁਸੀਂ ਪੂਰਾ ਬੰਦ ਕਰਦੇ ਹੋ, ਤੁਸੀਂ ਉਹਨੂੰ 4 ਨੂੰ 2 'ਚ ਕਨਵਰਟ ਕਰ ਦਿੰਦੇ ਹੋ, ਮਸਲਾ ਇਹ ਹੈ ਕਿ ਇਸ ਪਾਵਰ ਨੂੰ ਵਰਤ ਕੌਣ ਜਾਂਦਾ ਹੈ ਜੀ। ਹੋਮ ਸੈਕਟਰੀ ਪੱਧਰ ਦੇ ਬੰਦੇ ਨੇ ਪਾਵਰ ਵਰਤਣੀ ਹੁੰਦੀ ਹੈ ਤੇ ਇਸ ਨੂੰ ਵਰਤ ਜਾਂਦੇ ਨੇ DCP ਪੱਧਰ ਦੇ ਅਧਿਕਾਰੀ, ਹਾਲਾਂਕਿ ਆਪਣੀ ਮਰਜ਼ੀ ਨਾਲ ਨਹੀਂ ਵਰਤਦੇ, ਉੱਤੋਂ ਆਗਾ ਤਾਂ ਹੁੰਦੇ ਨੇ ਨਾ, ਦੇ ਇਸ਼ਾਰੇ ਹੁੰਦੇ ਨੇ, ਤਾਂ ਕਰਕੇ ਹੁੰਦਾ ਹੈ, ਪਰ ਇਸ ਤਰੀਕੇ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਜੀ। ਤੁਸੀਂ ਆਰਥਿਕਤਾ ਦੀ ਗੱਲ ਕੀਤੀ ਜੀ, ਮੈਂ ਜਾਣਨਾ ਚਾਹੁੰਦਾ ਕਿ ਆਰਥਿਕਤਾ ਤੇ ਕਿਸ ਪੱਖੋਂ ਤੇ ਕਿੰਨਾ ਕੁ ਅਸਰ ਜਿਹੜਾ ਹੈਗਾ ਇਸ ਚੀਜ਼ ਦਾ ਦਿਸਦਾ ਜੀ। ਦੇਖੋ ਡਾਟਿਆਂ ਨਾਲ ਵੀ ਅਸੀਂ ਗੱਲ ਕਰਾਂਗੇ ਉੱਤੇ, ਪਰ ਡਾਟਿਆਂ ਤੋਂ ਬਿਨਾਂ ਜੇਕਰ ਅਸੀਂ ਗੱਲ ਕਰੀਏ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੁਕਾਨਦਾਰੀ ਜਿਹੜੀ ਹੈਗੀ ਉਹ ਵੀ ਗੂਗਲ ਪੇ ਨਾਲ ਜੁੜ ਗਈ ਹੈ ਜੀ। ਆਮ ਜ਼ਿੰਦਗੀ ਜਿਹੜੀ ਹੈਗੀ ਆ ਉਹ ਹੁਣ ਪਰਸ ਤੋਂ ਫੋਨ ਦੇ ਵਿੱਚ ਆ ਗਈ ਹੈ ਜੀ, ਬਿਲਕੁਲ, ਐਪ ਦੇ ਵਿੱਚ ਆ ਗਈ ਹੈ, ਤੇ ਐਪ ਅਸੀਂ ਕਹਿ ਦਈਏ ਕਿ ਇੰਟਰਨੈਟ ਦਾ ਹੀ ਇੱਕ ਜ਼ਰੀਆ ਹੈ, ਉਸ ਤੋਂ ਬਿਨਾਂ ਕੋਈ ਹੋਰ ਜ਼ਰੀਆ ਹੈ ਨਹੀਂ। ਤੇ ਜਦੋਂ ਬੰਦ ਹੁੰਦਾ ਹੈ, ਦੇਖੋ ਅੱਗੇ ਕੀ ਹੁੰਦਾ ਸੀ, ਇੰਟਰਨੈਟ ਬੰਦ ਹੋਣ ਨਾਲ ਬਾਜ਼ਾਰ 'ਤੇ ਅਸਰ ਘੱਟ ਸੀ ਜੀ, ਕਿਉਂਕਿ ਲੋਕਾਂ ਕੋਲ ਕਢਾਏ ਹੋਏ ਪੈਸੇ ਸੀ, ਉਹਨਾਂ ਨੇ ਆਪਣਾ ਵਟਕਾ ਵਰਤਣਾ ਸੀ, ਉਹਦੇ ਵਿੱਚੋਂ ਐਂ ਕਹਿ ਦਈਏ ਕਿ ਜਿਹੜੀ ਕਰੰਸੀ ਆ ਉਹ ਪੇਪਰ ਦੇ ਰੂਪ ਵਿੱਚ ਆ, ਪੇਪਰ ਵਾਲੀ ਕਰੰਸੀ ਵਰਤਣੀ ਸੀਗੀ, ਤੇ ਬਾਜ਼ਾਰ ਦੇ ਉੱਤੇ ਨਹੀਂ ਬੜਾ ਅਸਰ ਪੈਂਦਾ ਸੀ ਜੀ। ਪਰ ਹੁਣ ਜਦੋਂ ਇੰਟਰਨੈਟ ਬੰਦ ਹੁੰਦਾ ਹੈ ਤਾਂ ਇਹ ਡਾਇਰੈਕਟ ਜਿਹੜਾ ਅਸਰ ਆ ਉਹ ਮਾਰਕੀਟ 'ਤੇ ਜਾਂਦਾ, ਤੇ ਮਾਰਕੀਟ ਸਿੱਧੀ ਐਂ ਕਹਿ ਲਈਏ ਕਿ ਸਾਡੀ ਅਰਥਚਾਰੇ ਦੇ ਨਾਲ ਜੁੜੀ ਹੋਈ ਹੈ ਜੀ। ਸਭ ਤੋਂ ਵੱਡਾ ਪ੍ਰਭਾਵ ਤਾਂ ਇਹ ਹੈ, ਮੈਂ ਜੇਕਰ ਕਹਾਂ ਤਾਂ ਇਹਨੂੰ ਤੁਸੀਂ ਹੁਣ ਕੈਲਕੂਲੇਸ਼ਨ ਮੈਂ ਕਹਿੰਦਾ ਕਰ ਹੀ ਨਹੀਂ ਸਕਦੇ, ਇੱਕ ਸਿਟੀ ਦੀ ਵੀ ਨਹੀਂ ਕਰ ਸਕਦੇ, ਵੀ ਕਿੱਡਾ ਵੱਡਾ ਅਸਰ ਆ ਜਿਹੜਾ ਉਹ ਪੈ ਜਾਂਦਾ ਹੈ ਜੀ। ਇਸ ਤੋਂ ਅੱਗੇ ਸਟੱਡੀ ਦਾ ਵੀ ਅਸੀਂ ਕਿਸੇ ਨੇ ਆਨਲਾਈਨ ਆਪਣੀ ਫੀਸ ਸਬਮਿਟ ਕਰਨੀ ਆ, ਕਿਸੇ ਨੇ ਅਸਾਈਨਮੈਂਟ ਸਬਮਿਟ ਕਰਨੀ ਆ, ਕਿਸੇ ਨੇ ਕੋਈ ਟੈਸਟ, ਅੱਜ ਕੱਲ੍ਹ ਬੜੇ ਆਨਲਾਈਨ ਹੁੰਦੇ ਨੇ ਜੀ, ਕਿੱਡਾ ਵੱਡਾ ਤਾਮ ਝਾਮ ਕੀਤਾ ਹੁੰਦਾ ਸਰਕਾਰਾਂ ਨੇ, ਤੇ ਉਹਦੇ ਉੱਤੇ ਵੀ ਉਸ ਏਰੀਏ ਦੇ ਵਿੱਚ ਅਸਰ ਪੈਂਦਾ। ਹੋਰ ਜੇਕਰ ਮੈਂ ਇਹਦੇ ਵਿੱਚ ਗੱਲਾਂ ਕਰਾਂ ਤਾਂ ਜਿੰਨਾ ਸਾਡਾ ਐਂ ਕਹਿੰਦੇ ਕਿ ਲੈਣ ਦਾ ਰਿਕਾਰਡ ਹੈ ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਹੁਣ ਅਸੀਂ ਡਿਜੀਟਲ ਕਰ ਦਿੱਤਾ ਜੀ। ਕਹਿਣ ਦਾ ਭਾਵ ਵੀ ਸਭ ਤੋਂ ਪਹਿਲਾਂ ਜਿਹੜੀ ਇਹਦੀ ਮਾਰ ਪੈਂਦੀ ਆ, ਹਰ ਇੱਕ ਆਮ ਤੇ ਖਾਸ ਦੇ ਉੱਪਰ ਇਹਦੀ ਮਾਰ ਪੈ ਜਾਂਦੀ ਹੈ। ਬਿਲਕੁਲ ਜੀ, ਪਰ ਇਹ ਆਮ ਤੋਂ ਖਾਸ ਤੇ ਜਾ ਕੇ ਜਦੋਂ ਕਨਵਰਟ ਹੁੰਦੀ ਹੈ ਨਾ ਇਕਨੋਮੀ 'ਚ, ਤਾਂ ਫਿਰ ਸਿੱਧੀ ਭਾਰਤ ਸਰਕਾਰ ਤੇ ਜਾਂਦੀ ਹੈ ਜੀ, ਕਿਉਂਕਿ ਆਮ ਲੋਕਾਂ ਦਾ ਨੁਕਸਾਨ ਤਾਂ ਹੁੰਦਾ ਹੀ ਹੁੰਦਾ, ਪਰ ਇਕੱਲੇ ਆਮ ਦਾ ਨਹੀਂ ਨਾ, ਹਰੇਕ ਚੀਜ਼ ਜੁੜੀ ਹੋਈ ਹੈ ਉੱਪਰ ਤਿੱਕਰ। ਤੇ ਜਦੋਂ ਅਸੀਂ ਲੈਂਡ ਰਿਕਾਰਡ ਦੀ ਗੱਲ ਕਰਦੇ ਤਾਂ ਕਿੰਨਾ ਕੰਮ ਰੁਕਦਾ ਹੈ, ਤੁਹਾਡੇ ਪਟਵਾਰੀ, ਕਾਨੂੰਗੋ, ਤਹਿਸੀਲਦਾਰ, ਨਾਇਬ ਤਹਿਸੀਲਦਾਰ, SDM ਤਿੱਕਰ ਦੇ ਜਿਹੜੇ ਅਧਿਕਾਰੀ ਰੁਕ ਜਾਂਦੇ ਨੇ ਜੀ। ਮੈਂ ਕਹੂੰਗਾ ਕਿ ਉਧਰਲੇ ਪਾਸੇ ਜੇ ਅਸੀਂ ਪ੍ਰਸ਼ਾਸਨ ਚ ਗੱਲ ਕਰੀਏ ਤਾਂ ASI ਤੋਂ ਲੈ ਕੇ ਤਾਂ ਤਿੱਕਰ DGP ਤਿੱਕਰ ਦੇ ਜਿਸ ਤਰੀਕੇ ਦੀਆਂ ਫੀਸਾਂ, ਜਿਸ ਤਰੀਕੇ ਦੇ ਸੁਨੇਹੇ ਦੇਣੇ ਹੁੰਦੇ ਨੇ ਉਹ ਵੀ ਸਾਰੇ ਦਾ ਸਾਰਾ ਰੁਕਦਾ ਇੱਕ ਵਾਰੀ ਜੇਕਰ ਅਸੀਂ ਪੂਰੇ ਤਰੀਕੇ ਨਾਲ ਠੱਪ ਕਰਦੇ ਜੀ। ਪੂਰੇ ਤਰੀਕੇ ਨਾਲ ਇਹ ਵੀ ਗੱਲ ਆ ਨਾ, ਕੰਡੀਸ਼ਨ ਲੱਗਦੀ ਹੈ ਇੱਕ, ਪਰ ਚਲੋ ਖੈਰ ਮੈਂ ਇਹਦੇ 'ਚ ਨਹੀਂ ਜਾਂਦਾ, ਮੈਂ ਤੁਹਾਡੇ ਨਾਲ ਥੋੜ੍ਹੇ ਜਿਹੇ ਡਾਟੇ ਸਾਂਝੇ ਕਰਦਾ ਜੀ। 2017 ਦੇ ਵਿੱਚ ਜੰਮੂ ਕਸ਼ਮੀਰ ਵਿੱਚ ਬਹੁਤ ਬੰਦ ਰਿਹਾ ਅਤੇ ਜੰਮੂ ਕਸ਼ਮੀਰ ਦੀ ਜਿਹੜੀ ਅਰਥਚਾਰਾ ਉਹ ਡਾਵਾਂਡੋਲ ਹੋਇਆ ਹੈ। ਹਾਲਾਂਕਿ ਅਮਿਤ ਸ਼ਾਹ ਜੀ ਜਦੋਂ ਹੁਣ ਦੌਰੇ 'ਤੇ ਗਏ ਨੇ ਬਾਰਾਮੂਲਾ ਵਿੱਚ, ਉਹ ਕਹਿੰਦੇ ਵੀ ਇੱਥੇ ਸੈਲਾਨੀ ਵਧੇ ਨੇ ਜੀ, ਪਰ ਮੈਂ ਇਸ ਗੱਲ ਦੇ ਨਾਲ ਕਿਤੇ ਨਾ ਕਿਤੇ ਐਗਰੀ ਨਹੀਂ ਕਰਦਾ। ਠੀਕ ਹੈ, ਉਹਨਾਂ ਕੋਲ ਰਿਕਾਰਡ ਹੋਊਗਾ ਮੇਰੇ ਕੋਲ। ਇੱਥੇ ਨਾ ਤੁਸੀਂ ਸੈਲਾਨੀਆਂ ਦੀ ਗੱਲ ਕੀਤੀ ਤਾਂ ਅੱਜ ਦੀ ਹਾਲ ਦੀ ਘੜੀ ਜਿਹੜਾ ਸਭ ਤੋਂ ਵੱਧ ਜੀ GPS ਵਰਤਿਆ ਜਾਂਦਾ ਜੀ, ਮੇਰੇ ਖਿਆਲ ਨਾਲ ਹਰ ਇੱਕ ਆਮ ਇਨਸਾਨ ਵੀ ਜਦੋਂ ਕਹਿੰਦਾ ਯਾਰ ਇੱਥੋਂ ਉੱਥੇ ਜਾਣਾ, ਆਪਾਂ GPS ਦੀ ਜ਼ਰੂਰ ਸਹਾਇਤਾ ਲੈ ਲਈਏ, ਆਪਾਂ GPS ਲਾ ਲਈਏ, ਹੈ ਨਾ, ਲੋਕੇਸ਼ਨ ਲਾ ਲਈਏ, ਅਤੇ ਸੈਲਾਨੀ ਉੱਥੇ ਫਿਰ ਕਿਹੜੇ ਤਰੀਕੇ ਨਾਲ ਪੋਸੀਬਲ ਹੋਏ ਜੀ? ਬਿਲਕੁਲ, ਸਵਾਲ ਤਾਂ ਇਹੀ ਹੈ ਨਾ ਕਿ
ਵੀ ਡਾਟਾ ਦਿੰਦੇ ਨੇ ਕਿ 40,000 ਸੈਲਾਨੀ ਨੇ ਜਿਹੜਾ ਘੁੰਮਿਆ, ਠੀਕ ਆ, ਉਹਨੂੰ ਹੋਊਗਾ ਡਾਟਾ, ਅਸੀਂ ਕੋਈ ਸ਼ੱਕ ਨਹੀਂ ਕਰਦੇ। ਪਰ ਸਾਨੂੰ ਇਹ ਲੱਗਦਾ ਹੈ, ਅਸੀਂ ਨਾ ਇੱਕ ਇੰਗਲਿਸ਼ ਦਾ ਨਾਵਲ ਪੜ੍ਹਦੇ ਹੁੰਦੇ ਸੀ ਆਪਣੇ ਪੜ੍ਹਨ ਦੇ ਵਕਤ, ਦਾ ਗਾਈਡ, ਉਹਦੇ ਵਿੱਚ ਰਾਜੂ ਜਿਹੜਾ ਹੁੰਦਾ ਸੀ ਉਹ ਗਾਈਡ ਹੁੰਦਾ ਸੀ, ਉਹ ਦੱਸਦਾ ਸੀਗਾ। ਪਰ ਅੱਜ ਕੱਲ ਤਾਂ ਜਿਹੜੀ GPS ਹੈ ਉਹ ਦਾ ਗਾਈਡ ਹੀ ਹੈ ਨਾ, ਉਹ ਹਰੇਕ ਦੀ ਗੇਮ ਦੇ ਵਿੱਚ ਜਿਹੜਾ ਕਰੈਕਟਰ ਆ ਰਾਜੂ ਆ ਉਹ GPS ਦੇ ਵਿੱਚ ਆ ਗਿਆ, ਉਸਨੇ ਰਾਹ ਪੁੱਛਣਾ, ਉਸਨੇ ਖੂਬਸੂਰਤ ਥਾਵਾਂ ਪੁੱਛਣੇ, ਉਹਨੇ ਕਿੱਥੋਂ ਕੀ ਮਿਲਦਾ ਹੈ, ਕਿੱਥੋਂ ਤੇਲ ਮਿਲੂਗਾ ਭਾਈ, ਕਿੱਥੋਂ ਖਾਣ ਨੂੰ ਮਿਲੂ, ਸਾਰਾ ਕੁਛ ਉਹ ਦਾ ਗਾਈਡ ਵਾਲੇ GPS ਵਾਲੇ ਰਾਜੂ ਤੋਂ ਪੁੱਛਣਾ ਉਹਨਾਂ ਨੇ। ਪਰ ਜਦੋਂ ਤੁਸੀਂ ਇਹੀ ਠੱਪ ਕਰ ਦੋਗੇ, ਫਿਰ ਸੈਲਾਨੀ ਹੈ ਜਿਹੜੀ ਖਾਸ ਕਰਕੇ ਇੰਟਰਨੈਸ਼ਨਲ, ਉਹਨਾਂ ਲਈ ਤਾਂ ਸਮੱਸਿਆ ਨਾ ਇਹ। ਚਲੋ ਖੈਰ, ਮੈਂ ਉਹਨਾਂ ਦੇ ਡਾਟੇ ਤੇ ਨਹੀਂ ਜਾਂਦਾ। 15 ਦੇ ਵਿੱਚ ਜੇਕਰ ਅਸੀਂ ਗੱਲ ਕਰੀਏ, 1692 ਘੰਟੇ ਭਾਰਤ ਦੇ ਵਿੱਚ ਜਿਹੜਾ ਇੰਟਰਨੈਟ ਬੰਦ ਹੈ 15 ਤੱਕ, ਇਹਦਾ ਅਸਰ ਹੈ 968 billion US ਡਾਲਰ। ਐਡਾ ਵੱਡਾ ਅਰਥਚਾਰੇ ਨੂੰ ਧੱਕਾ ਹੈ, 968 billion US ਡਾਲਰ, ਬਿਲੀਅਨ। ਇਸ ਤੋਂ ਅੱਗੇ 2020 ਦੇ ਵਿੱਚ 8927 ਘੰਟੇ, 8927 ਘੰਟੇ ਲਗਭਗ 9,000 ਅਸੀਂ ਕਹਿ ਸਕਦੇ ਹਾਂ। ਇਹਦੇ ਵਿੱਚ 2.8 billion ਅਮੈਰੀਕਨ ਡਾਲਰ ਆ ਜਿਹੜਾ ਉਹਦਾ ਨੁਕਸਾਨ ਹੁੰਦਾ ਹੈ ਜੀ। ਇਹ ਤਾਂ ਕਰ ਲਈ ਸੀ ਵੱਖਰੀ ਜੀ ਗੱਲ। ਹੁਣ ਜੇਕਰ ਮੈਂ ਪੱਛਮੀ ਬੰਗਾਲ ਦੀ ਵੀ ਗੱਲ ਕਰਾਂ, ਤਾਂ ਉੱਥੇ ਨਾ ਦਾਰਜਲਿੰਗ ਦੇ ਵਿੱਚ ਇੱਕ ਜਿਹੜੇ ਗੋਰਖੇ ਨੇ ਉਹ ਇੱਕ ਆਪਣਾ ਅੰਦੋਲਨ ਕਰਦੇ ਨੇ ਜਨ ਮੁਕਤੀ। ਕਾਹਦੇ ਲਈ? ਉਹ ਗੋਰਖ ਲੈਂਡ ਮੰਗਦੇ ਨੇ, ਜਿਵੇਂ ਸਾਡੇ ਪੰਜਾਬੀ ਖਾਲਿਸਤਾਨ ਮੰਗਦੇ ਹਨ ਜੀ, ਉਸੇ ਤਰੀਕੇ ਨਾਲ ਦਾਰਜਲਿੰਗ ਦੇ ਵਿੱਚ ਵੀ ਇਹ ਇੱਕ ਸੰਘਰਸ਼ ਚੱਲਦਾ ਹੈ। ਜਿਹੜੇ ਗੋਰਖੇ ਉਹ 100 ਦਿਨ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕਰਦੇ ਨੇ, ਤੇ ਉਹਨਾਂ ਦੇ ਰੋਸ ਪ੍ਰਦਰਸ਼ਨ ਦਾ ਨਾਮ ਹੁੰਦਾ ਹੈ ਗੋਰਖਾ ਜਨ ਮੁਕਤੀ ਮੋਰਚਾ ਜੀ। ਮੰਗ ਹੈ ਗੋਰਖ ਲੈਂਡ ਦੀ। ਤਾਂ ਪੂਰਾ 100 ਦਿਨ ਹੀ ਉੱਥੇ ਜਿਹੜਾ ਪੱਛਮੀ ਬੰਗਾਲ ਦੇ ਇਸ ਦਾਰਜਲਿੰਗ ਦੇ ਵਿੱਚ ਜਿਹੜਾ ਖੂਬਸੂਰਤ ਏਰੀਆ ਵੇਖਣ ਵਾਲਾ ਹੈ, ਉੱਥੇ ਇਹ ਨੇਤਾ ਜਿਹੜਾ ਉਹ ਬੰਦ ਹੁੰਦਾ ਹੈ। ਤੁਸੀਂ ਵੇਖੋ ਕਿ ਪੱਛਮੀ ਬੰਗਾਲ ਦੇ ਉੱਤੇ ਇਹਦਾ ਕਿੰਨਾ ਵੱਡਾ ਅਸਰ ਹੈ ਜਿਹੜਾ ਉਹ ਹੁੰਦਾ ਜੀ। ਜਸਵਿੰਦਰ ਜੀ, ਤੁਸੀਂ ਡਿਜੀਟਲ ਇੰਡੀਆ ਦੀ ਜਿਹੜੀ ਇੱਕ ਸਹੀ ਅਤੇ ਅਸਲ ਤਸਵੀਰ ਆ ਉਹ ਪੇਸ਼ ਕੀਤੀ, ਤੁਸੀਂ ਅੰਕੜੇ ਲੈ ਕੇ ਆਏ ਜੀ, ਵਿਚਾਰ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਤਾਂ ਤੁਸੀਂ ਦੇਖ ਰਹੇ ਸੀ ਜੀ ਵਿਰਾਸਤ TV ਉੱਪਰ ਸਾਡਾ ਖਾਸ ਪ੍ਰੋਗਰਾਮ ਦ੍ਰਿਸ਼ਟੀਕੋਣ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਆਪਣੇ ਫੀਡਬੈਕਸ ਜ਼ਰੂਰ ਸਾਂਝੇ ਕਰ ਦੇਣਾ ਜੀ। ਉਡੀਕ ਵਿੱਚ ਹੁੰਦੇ ਹਾਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਜੀ ਕਿਸੇ ਮੁੱਦੇ, ਮਸਲੇ ਜਾਂ ਖਬਰ ਦੇ ਨਾਲ। ਉਦੋਂ ਤੱਕ ਲਈ ਦਿਓ ਆਗਿਆ, ਧੰਨਵਾਦ।